ਸੈਨਿਕ ਸਵੇਰਾ ਟੀਵੀ। ਇਸ ਵੇਲੇ ਮੈਂ ਮੌਜੂਦ ਹੈ ਸੈਕਟਰ 27 ਰੈਲੀ ਗਰਾਊਂਡ ਦੇ ਵਿਚਕਾਰ, ਰਾਮਲੀਲਾ ਗਰਾਊਂਡ ਜੋ ਹੈ ਸੈਕਟਰ 27 ਦੇ ਵਿਚਕਾਰ ਹੈ, ਅਤੇ ਇੱਥੇ ਥੋੜ੍ਹੀ ਦੇਰ ਦੇ ਵਿਚਕਾਰ ਪ੍ਰਿਯੰਕਾ ਗਾਂਧੀ ਦੀ ਰੈਲੀ ਹੈ, ਅਤੇ ਤੁਸੀਂ ਦੇਖ ਸਕਦੇ ਲੋਕਾਂ ਦਾ ਵੱਡਾ ਇਕੱਠ ਜੋ ਹੈ ਇੱਥੇ ਪਹੁੰਚ ਰਿਹਾ ਹੈ, ਨੌਜਵਾਨ ਪੀੜ੍ਹੀ ਇੱਥੇ ਪਹੁੰਚ ਰਹੀ ਹੈਗੀ ਹੈ, ਅਤੇ ਦੂਜੇ ਪਾਸੇ ਬੈਰੀਕੇਟਿੰਗ ਕੀਤੀ ਗਈ ਹੈ ਤਾਂ ਜੋ ਜੇ ਇਹ ਰਸਤਾ ਬੰਦ ਕੀਤਾ ਜਾਏ, ਇੱਥੇ ਦੀ ਟ੍ਰੈਫਿਕ ਵਿਵਸਥਾ ਖਰਾਬ ਨਾ ਹੋਵੇ। ਨੌਜਵਾਨ ਪੀੜ੍ਹੀ ਇੱਥੇ ਪਹੁੰਚ ਰਹੀ ਹੈਗੀ ਹੈ। ਚੰਡੀਗੜ੍ਹ ਪੁਲਿਸ ਨੇ ਜੋ ਹੈ ਛਾਵਣੀ ਦੇ ਵਿਚਕਾਰ ਤਬਦੀਲ ਹੋ ਚੁੱਕਿਆ, ਅਤੇ ਥੋੜ੍ਹੀ ਦੇਰ ਦੇ ਵਿਚਕਾਰ ਜੋ ਹੈ ਪ੍ਰਿਯੰਕਾ ਗਾਂਧੀ ਇੱਥੇ ਪਹੁੰਚਣਗੇ, ਸੰਬੋਧਨ ਕਰਨਗੇ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਸੰਬੋਧਨ ਦੇ ਵਿਚਕਾਰ ਚੰਡੀਗੜ੍ਹ ਦੇ ਲੋਕਾਂ ਤੋਂ ਇੰਡੀਆ ਅਲਾਇੰਸ ਦੇ ਜੋ ਸਾਂਝੇ ਉਮੀਦਵਾਰ ਨੇ ਮਨੀਸ਼ ਤਿਵਾੜੀ, ਉਹਨਾਂ ਦੇ ਹੱਕ ਦੇ ਵਿਚਕਾਰ ਵੋਟ ਮੰਗਣਗੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਚੈਕਿੰਗ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ ਕਿ ਚੈਕਿੰਗ ਕਰਕੇ ਹੀ ਇਹਨਾਂ ਨੂੰ ਅੰਦਰ ਜਾਣ ਦਿੱਤਾ ਜਾਏਗਾ। ਸਭ ਤੋਂ ਵੱਡੀ ਗੱਲ ਹੈ ਕਿ ਥੋੜ੍ਹੇ ਸਮੇਂ ਪਹਿਲੇ ਜੇ ਹੈ ਜੈ ਰਾਮ ਰਮੇਸ਼ ਰਾਜ ਸਭਾ ਮੈਂਬਰ ਨੇ ਉਹ ਇੱਥੇ ਪਹੁੰਚੇ ਸੀ, ਉਹ ਜੋ ਨਾਰਾਜ਼ ਚਲੇ ਪਵਨ ਬੰਸਲ ਜਿਨ੍ਹਾਂ ਨੇ ਟਿਕਟ ਮੰਗੀ ਸੀਗੀ, ਜਿਨ੍ਹਾਂ ਦੀ ਟਿਕਟ ਕੱਟ ਗਈ ਸੀ, ਉਹਨਾਂ ਨੂੰ ਮਨਾਉਣ ਲਈ ਪਹੁੰਚੇ ਸੀ। ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਜੋ ਪਵਨ ਬੰਸਲ ਨਾਰਾਜ਼ ਚੱਲ ਰਹੇ ਸੀਗੇ ਕਿ ਉਹ ਇਸ ਰੈਲੀ ਦੇ ਵਿਚਕਾਰ ਸ਼ਾਮਿਲ ਹੋਣਗੇ ਕਿ ਨਹੀਂ ਹੋਣਗੇ, ਕਿਉਂਕਿ ਇਸ ਲੋਕ ਸਭਾ ਇਲੈਕਸ਼ਨ ਦੇ ਵਿਚਕਾਰ ਹਾਲੇ ਤੱਕ ਕਿਸੇ ਵੀ ਪ੍ਰਚਾਰ ਦੇ ਵਿਚਕਾਰ ਜੋ ਹੈ ਪਵਨ ਬੰਸਲ ਨਹੀਂ ਪਹੁੰਚੇ ਹਨ। ਗੁੱਟਬਾਜ਼ੀ ਬਹੁਤ ਚੱਲ ਰਹੀ ਹੈ। ਸਭ ਤੋਂ ਵੱਡਾ ਸਵਾਲ ਹੈ ਕਿ ਅੱਜ ਇਸ ਰੈਲੀ ਦੇ ਵਿਚਕਾਰ ਪਵਨ ਬੰਸਲ ਪਹੁੰਚਣਗੇ ਕਿ ਨਹੀਂ ਪਹੁੰਚਣਗੇ, ਇਹ ਦੇਖਣ ਵਾਲੀ ਗੱਲ ਹੋ ਗਈ। ਲੇਕਿਨ ਲੋਕਾਂ ਦਾ ਕਾਫੀ ਵੱਡਾ ਇਕੱਠ ਜੋ ਹੈ ਪ੍ਰਿਯੰਕਾ ਗਾਂਧੀ ਨੂੰ ਸੁਣਨ ਲਈ ਚੰਡੀਗੜ੍ਹ ਦੇ ਵਿਚਕਾਰ ਪਹੁੰਚਿਆ। ਗੱਡੀ ਵੱਡੀ ਗੱਡੀਆਂ ਦੇ ਵਿਚਕਾਰ, ਬੱਸਾਂ ਦੇ ਵਿਚਕਾਰ ਲੋਕ ਜੇ ਨੇ ਭਰ ਕੇ ਇਸ ਥਾਂ 'ਤੇ ਪਹੁੰਚੇ ਨੇ, ਅਤੇ ਹੁਣ ਚੰਡੀਗੜ੍ਹ ਪਹੁੰਚ ਕੇ ਪ੍ਰਿਯੰਕਾ ਗਾਂਧੀ ਚੰਡੀਗੜ੍ਹ ਦੇ ਵਿਚਕਾਰ ਕੀ ਕੁਛ ਕਹਿੰਦੀ ਹੈ ਦੇਖਣ ਵਾਲੀ ਗੱਲ ਹੋਵੇਗੀ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਿਜਲਵਾਨ, ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਦੈਨਿਕ ਸਵੇਰਾ ਟੀਵੀ। ਇਸ ਵੇਲੇ ਮੈਂ ਮੌਜੂਦ ਹੈ ਸੈਕਟਰ 27 ਰੈਲੀ ਗਰਾਊਂਡ ਦੇ ਵਿਚਕਾਰ, ਰਾਮਲੀਲਾ ਗਰਾਊਂਡ ਜੋ ਹੈ ਸੈਕਟਰ 27 ਦੇ ਵਿਚਕਾਰ ਹੈ, ਅਤੇ ਇੱਥੇ ਥੋੜ੍ਹੀ ਦੇਰ ਦੇ ਵਿਚਕਾਰ ਪ੍ਰਿਯੰਕਾ ਗਾਂਧੀ ਦੀ ਰੈਲੀ ਹੈ, ਅਤੇ ਤੁਸੀਂ ਦੇਖ ਸਕਦੇ ਲੋਕਾਂ ਦਾ ਵੱਡਾ ਇਕੱਠ ਜੋ ਹੈ ਇੱਥੇ ਪਹੁੰਚ ਰਿਹਾ ਹੈ, ਨੌਜਵਾਨ ਪੀੜ੍ਹੀ ਇੱਥੇ ਪਹੁੰਚ ਰਹੀ ਹੈਗੀ ਹੈ, ਅਤੇ ਦੂਜੇ ਪਾਸੇ ਬੈਰੀਕੇਟਿੰਗ ਕੀਤੀ ਗਈ ਹੈ ਤਾਂ ਜੋ ਜੇ ਇਹ ਰਸਤਾ ਬੰਦ ਕੀਤਾ ਜਾਏ, ਇੱਥੇ ਦੀ ਟ੍ਰੈਫਿਕ ਵਿਵਸਥਾ ਖਰਾਬ ਨਾ ਹੋਵੇ। ਨੌਜਵਾਨ ਪੀੜ੍ਹੀ ਇੱਥੇ ਪਹੁੰਚ ਰਹੀ ਹੈਗੀ ਹੈ। ਚੰਡੀਗੜ੍ਹ ਪੁਲਿਸ ਨੇ ਜੋ ਹੈ ਛਾਵਣੀ ਦੇ ਵਿਚਕਾਰ ਤਬਦੀਲ ਹੋ ਚੁੱਕਿਆ, ਅਤੇ ਥੋੜ੍ਹੀ ਦੇਰ ਦੇ ਵਿਚਕਾਰ ਜੋ ਹੈ ਪ੍ਰਿਯੰਕਾ ਗਾਂਧੀ ਇੱਥੇ ਪਹੁੰਚਣਗੇ, ਸੰਬੋਧਨ ਕਰਨਗੇ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਸੰਬੋਧਨ ਦੇ ਵਿਚਕਾਰ ਚੰਡੀਗੜ੍ਹ ਦੇ ਲੋਕਾਂ ਤੋਂ ਇੰਡੀਆ ਅਲਾਇੰਸ ਦੇ ਜੋ ਸਾਂਝੇ ਉਮੀਦਵਾਰ ਨੇ ਮਨੀਸ਼ ਤਿਵਾੜੀ, ਉਹਨਾਂ ਦੇ ਹੱਕ ਦੇ ਵਿਚਕਾਰ ਵੋਟ ਮੰਗਣਗੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਚੈਕਿੰਗ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ ਕਿ ਚੈਕਿੰਗ ਕਰਕੇ ਹੀ ਇਹਨਾਂ ਨੂੰ ਅੰਦਰ ਜਾਣ ਦਿੱਤਾ ਜਾਏਗਾ। ਸਭ ਤੋਂ ਵੱਡੀ ਗੱਲ ਹੈ ਕਿ ਥੋੜ੍ਹੇ ਸਮੇਂ ਪਹਿਲੇ ਜੇ ਹੈ ਜੈ ਰਾਮ ਰਮੇਸ਼ ਰਾਜ ਸਭਾ ਮੈਂਬਰ ਨੇ ਉਹ ਇੱਥੇ ਪਹੁੰਚੇ ਸੀ, ਉਹ ਜੋ ਨਾਰਾਜ਼ ਚਲੇ ਪਵਨ ਬੰਸਲ ਜਿਨ੍ਹਾਂ ਨੇ ਟਿਕਟ ਮੰਗੀ ਸੀਗੀ, ਜਿਨ੍ਹਾਂ ਦੀ ਟਿਕਟ ਕੱਟ ਗਈ ਸੀ, ਉਹਨਾਂ ਨੂੰ ਮਨਾਉਣ ਲਈ ਪਹੁੰਚੇ ਸੀ। ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਜੋ ਪਵਨ ਬੰਸਲ ਨਾਰਾਜ਼ ਚੱਲ ਰਹੇ ਸੀਗੇ ਕਿ ਉਹ ਇਸ ਰੈਲੀ ਦੇ ਵਿਚਕਾਰ ਸ਼ਾਮਿਲ ਹੋਣਗੇ ਕਿ ਨਹੀਂ ਹੋਣਗੇ, ਕਿਉਂਕਿ ਇਸ ਲੋਕ ਸਭਾ ਇਲੈਕਸ਼ਨ ਦੇ ਵਿਚਕਾਰ ਹਾਲੇ ਤੱਕ ਕਿਸੇ ਵੀ ਪ੍ਰਚਾਰ ਦੇ ਵਿਚਕਾਰ ਜੋ ਹੈ ਪਵਨ ਬੰਸਲ ਨਹੀਂ ਪਹੁੰਚੇ ਹਨ। ਗੁੱਟਬਾਜ਼ੀ ਬਹੁਤ ਚੱਲ ਰਹੀ ਹੈ। ਸਭ ਤੋਂ ਵੱਡਾ ਸਵਾਲ ਹੈ ਕਿ ਅੱਜ ਇਸ ਰੈਲੀ ਦੇ ਵਿਚਕਾਰ ਪਵਨ ਬੰਸਲ ਪਹੁੰਚਣਗੇ ਕਿ ਨਹੀਂ ਪਹੁੰਚਣਗੇ, ਇਹ ਦੇਖਣ ਵਾਲੀ ਗੱਲ ਹੋ ਗਈ। ਲੇਕਿਨ ਲੋਕਾਂ ਦਾ ਕਾਫੀ ਵੱਡਾ ਇਕੱਠ ਜੋ ਹੈ ਪ੍ਰਿਯੰਕਾ ਗਾਂਧੀ ਨੂੰ ਸੁਣਨ ਲਈ ਚੰਡੀਗੜ੍ਹ ਦੇ ਵਿਚਕਾਰ ਪਹੁੰਚਿਆ। ਗੱਡੀ ਵੱਡੀ ਗੱਡੀਆਂ ਦੇ ਵਿਚਕਾਰ, ਬੱਸਾਂ ਦੇ ਵਿਚਕਾਰ ਲੋਕ ਜੇ ਨੇ ਭਰ ਕੇ ਇਸ ਥਾਂ 'ਤੇ ਪਹੁੰਚੇ ਨੇ, ਅਤੇ ਹੁਣ ਚੰਡੀਗੜ੍ਹ ਪਹੁੰਚ ਕੇ ਪ੍ਰਿਯੰਕਾ ਗਾਂਧੀ ਚੰਡੀਗੜ੍ਹ ਦੇ ਵਿਚਕਾਰ ਕੀ ਕੁਛ ਕਹਿੰਦੀ ਹੈ ਦੇਖਣ ਵਾਲੀ ਗੱਲ ਹੋਵੇਗੀ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਿਜਲਵਾਨ, ਦੈਨਿਕ ਸਵੇਰਾ ਟੀਵੀ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।